ਵਾਇਨਾਡ ਵਿੱਚ ਆਈ ਭਿਆਨਕ ਆਫਤ ਵਿੱਚ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਏ। ਇਸ ਤ੍ਰਾਸਦੀ ਨੂੰ ਲੈ ਕੇ ਹੁਣ ਕਈ ਗੰਭੀਰ ਸਵਾਲ ਉੱਠ ਰਹੇ ਨੇ। ਵਾਤਾਵਰਣ ਮਾਹਰ ਸਵਾਲ ਉਠਾ ਰਹੇ ਨੇ ਕਿ ਜਦ ਕਈ ਸਾਲ ਪਹਿਲਾਂ ਤਬਾਹੀ ਦੇ ਇਸ਼ਾਰੇ ਮਿਲ ਰਹੇ ਸਨ ਤਾਂ ਸੂਬਾ ਸਰਕਾਰ ਸੁੱਤੀ ਕਿਉਂ ਰਹੀ? ਬੇਲਗਾਮ ਮਾਈਨਿੰਗ ਅਤੇ ਅੰਨੇਵਾਹ ਉਸਾਰੀ ਕਾਰਨ ਵਿਗੜਦੀ ਸਥਿਤੀ ਬਾਰੇ ਸੂਬਾ ਸਰਕਾਰ ਨੂੰ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਸੀ। ਇਸ ਸਭ ਦੇ ਬਾਵਜੂਦ ਸੂਬਾ ਸਰਕਾਰ ਆਪਣੀ ਅਣਗਹਿਲੀ ਰਾਹੀਂ ਇਸ ਤਬਾਹੀ ਨੂੰ ਸੱਦਾ ਦਿੰਦੀ ਰਹੀ। ਪੇਸ਼ੇ ਇੱਕ ਰਿਪੋਰਟ। ਜਿੱਥੇ ਕਦੇ ਜ਼ਿੰਦਗੀ ਦੀ ਚਹਿਲ ਪਹਿਲ ਗੂੰਜਦੀ ਸੀ, ਅੱਜ ਤਬਾਹੀ ਦਾ ਮਲਬਾ ਅਤੇ ਮੌਤ ਦਾ ਸਨਾਟਾ ਦੂਰ ਦੂਰ ਤੱਕ ਪਸਰਿਆ ਪਿਆ ਏ। ਕੇਰਲ ਦੇ ਵਾਇਨਾਡ 'ਚ ਜ਼ਮੀਨ ਖਿਸਕਣ ਨੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਏ। ਇਹ ਤਬਾਹੀ ਕਿੰਨੀ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਦੇ ਪਿੱਛੇ ਰਹਿ ਗਏ ਨਿਸ਼ਾਨਾਂ ਤੋਂ ਲਗਾਇਆ ਜਾ ਸਕਦਾ ਏ। ਪਰ ਇਹ ਤਬਾਹੀ ਕਿਵੇਂ ਹੋਈ? ਤਬਾਹੀ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ, ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਦਾ ਇਹੀ ਸਵਾਲ ਏ। ਵਰਿਆਂ ਤੋਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਵਾਲੀ ਸੂਬਾ ਸਰਕਾਰ ਦੇ ਰਵੱਈਏ 'ਤੇ ਸਵਾਲ ਉਠਾਏ ਜਾ ਰਹੇ ਨੇ। ਕੁਦਰਤੀ ਸਰੋਤਾਂ ਦੀ ਅੰਨੇਵਾਹ ਲੁੱਟ ਨੂੰ ਜਾਰੀ ਰੱਖਣ 'ਤੇ ਵੀ ਸਵਾਲ ਉਠਾਏ ਜਾ ਰਹੇ ਨੇ। ਲੋਕ ਪੁੱਛ ਰਹੇ ਨੇ ਕਿ ਸੂਬਾ ਸਰਕਾਰ ਤਬਾਹੀ ਦੇ ਵਾਰ ਵਾਰ ਦਸਤਕ ਦੇਣ ਤੋਂ ਅਣਜਾਣ ਕਿਉਂ ਰਹੀ? ਕਾਰਵਾਈ ਕਰਨ ਤੋਂ ਦੂਰ ਅਜਿਹੇ ਖੇਤਰ ਵਿੱਚ ਵੱਡੇ ਪੱਧਰ 'ਤੇ ਨਿਰਮਾਣ ਕਾਰਜ ਹੋਣ ਦੀ ਇਜਾਜ਼ਤ ਦਿੱਤੀ ਗਈ, ਜਿਸ ਬਾਰੇ ਵਿਗਿਆਨੀ ਅਤੇ ਵਾਤਾਵਰਨ ਪ੍ਰੇਮੀ ਵਾਰ ਵਾਰ ਚੇਤਾਵਨੀ ਦੇ ਰਹੇ ਸਨ? ਵਿਗਿਆਨੀ ਅਤੇ ਵਾਤਾਵਰਨ ਵਿਗਿਆਨੀ ਸਾਲਾਂ ਤੋਂ ਚੇਤਾਵਨੀ ਦਿੰਦੇ ਆ ਰਹੇ ਨੇ ਕਿ ਵਾਇਨਾਡ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਵਿੱਚ ਚੱਲ ਰਹੀ ਅੰਨੇਵਾਹ ਮਾਈਨਿੰਗ ਤਬਾਹੀ ਨੂੰ ਸੱਦਾ ਦੇਣ ਦੇ ਬਰਾਬਰ ਏ। ਇਸ ਦੇ ਬਾਵਜੂਦ ਸੂਬਾ ਪੱਧਰੀ ਵਾਤਾਵਰਨ ਪ੍ਰਭਾਵ ਮੁਲਾਂਕਣ ਅਥਾਰਟੀ ਨੇ ਖੁਦਾਈ ਦੀ ਇਜਾਜ਼ਤ ਦੇਣੀ ਜਾਰੀ ਰੱਖੀ। ਵਾਰ ਵਾਰ ਚੇਤਾਵਨੀਆਂ ਦੇ ਬਾਵਜੂਦ ਸੂਬਾ ਸਰਕਾਰ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਨਜ਼ਰਅੰਦਾਜ਼ ਕੀਤਾ ਅਤੇ ਨਤੀਜਾ ਵਾਇਨਾਡ ਵਿੱਚ ਭਿਆਨਕ ਜ਼ਮੀਨ ਖਿਸਕਣ ਦੇ ਰੂਪ ਵਿੱਚ ਏ। ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਖੇਤਰਾਂ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਇਸ ਤੋਂ ਬਾਅਦ ਵੀ ਕੇਰਲ ਦੀ ਕਾਂਗਰਸ ਅਤੇ ਖੱਬੇ ਪੱਖੀ ਸਰਕਾਰਾਂ ਅੱਖਾਂ ਬੰਦ ਕਰਦੀਆਂ ਰਹੀਆਂ। 1983 ਤੋਂ 2015 ਦਰਮਿਆਨ ਕੇਰਲ ਵਿੱਚ 115 ਵੱਡੀਆਂ ਢਿੱਗਾਂ ਡਿੱਗੀਆਂ। ਇਹਨਾਂ ਵਿੱਚੋਂ 78 ਮਾਈਨਿੰਗ ਖੇਤਰ ਦੇ 1 ਕਿਲੋਮੀਟਰ ਦੇ ਘੇਰੇ ਵਿੱਚ ਸਨ। ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਵਾਇਨਾਡ ਅੱਜ ਜਿਸ ਤਬਾਹੀ ਦਾ ਸਾਹਮਣਾ ਕਰ ਰਿਹਾ ਏ, ਉਹ ਮਨੁੱਖ ਦੁਆਰਾ ਬਣਾਈ ਗਈ ਤ੍ਰਾਸਦੀ ਏ, ਜਿਸ ਵਿੱਚ ਰਾਜ ਵਿੱਚ ਲਗਾਤਾਰ ਕਾਂਗਰਸ ਅਤੇ ਖੱਬੇ ਪੱਖੀ ਸਰਕਾਰਾਂ ਸ਼ਾਮਲ ਨੇ। ਸੂਬਾ ਸਰਕਾਰ ਵੱਲੋਂ ਨਿਯਮਾਂ ਵਿੱਚ ਬਦਲਾਅ ਕਰਕੇ ਮਾਈਨਿੰਗ ਨੂੰ ਆਸਾਨ ਬਣਾਉਣਾ ਹੋਵੇ ਅਤੇ ਕੇਂਦਰ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਕੇ ਸੈਂਕੜੇ ਬੇਗੁਨਾਹ ਲੋਕਾਂ ਨੂੰ ਇਸ ਅਣਗਹਿਲੀ ਦੀ ਕੀਮਤ ਚੁਕਾਉਣੀ ਪਈ ਏ। जुलाई को केरल सरकार को अर्ली वार्निंग भारत सरकार की ओर से दी गई थी 23 जुलाई को, 7 दिन पहले, फिर 24 को गई, फिर 25 को गई, 26 तारीख को मान्यवर ये कहा गया कि 20 सेंटीमीटर से ज्यादा वर्षा होगी, भारी वर्षा होगी, लैंडस्लाइड होने की संभावना है, मड भी रस होकर आ सकता है और लोग इसके अंदर दबकर मर भी सकते हैं। ਮਾਈਨਿੰਗ ਦੇ ਨਾਲ ਨਾਲ ਵਾਇਨਾਡ ਦੇ ਵਾਤਾਵਰਨ ਸੰਵੇਦਨਸ਼ੀਲ ਖੇਤਰਾਂ ਵਿੱਚ ਬੇਕਾਬੂ ਉਸਾਰੀ ਕਾਰਜ ਨੂੰ ਵੀ ਹਾਦਸੇ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ। ਵਾਇਨਾਡ ਵਿੱਚ ਹਰ ਸਾਲ 12,000 ਤੋਂ ਵੱਧ ਇਮਾਰਤਾਂ ਬਣ ਰਹੀਆਂ ਹਨ। ਇਕੱਲੇ ਕਲਪੱਟਾ ਬਲਾਕ ਵਿੱਚ ਹੀ 2021-22 ਵਿੱਚ 3662 ਨਵੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਹੈ।
ਉਸਾਰੀ ਦੇ ਕੰਮ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 1950 ਦੇ ਦਹਾਕੇ ਵਿੱਚ ਵਾਇਨਾਡ ਦਾ 85% ਹਿੱਸਾ ਜੰਗਲਾਂ ਨਾਲ ਢੱਕਿਆ ਹੋਇਆ ਸੀ। 2018 ਤੱਕ ਇਸ ਜੰਗਲੀ ਖੇਤਰ ਦਾ 62% ਗਾਇਬ ਹੋ ਗਿਆ ਸੀ। ਇੰਨੇ ਵੱਡੇ ਪੱਧਰ 'ਤੇ ਜੰਗਲਾਂ ਦੀ ਕਟਾਈ ਨੇ ਪੂਰੇ ਖੇਤਰ 'ਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਦਾ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ। ਇਸ ਦੀ ਇੱਕ ਉਦਾਹਰਣ ਇਸ ਤਬਾਹੀ ਦੌਰਾਨ ਵਾਇਨਾਡ ਵਿੱਚ ਦੇਖੀ ਜਾ ਸਕਦੀ ਹੈ। ਸੂਬਾ ਸਰਕਾਰਾਂ ਦੇ ਨਾਲ ਨਾਲ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਵੀ ਸਵਾਲ ਉਠਾਏ ਜਾ ਰਹੇ ਨੇ, ਜੋ ਪਿਛਲੇ 5 ਸਾਲਾਂ ਤੋਂ ਵਾਇਨਾਡ ਤੋਂ ਸੰਸਦ ਮੈਂਬਰ ਨੇ। ਵਾਇਨਾਡ ਦੇ ਲੋਕ ਪੁੱਛ ਰਹੇ ਨੇ ਕਿ ਘਟਨਾ ਤੋਂ ਬਾਅਦ ਉੱਥੇ ਪਹੁੰਚੇ ਰਾਹੁਲ ਨੇ ਪਿਛਲੇ 5 ਸਾਲਾਂ 'ਚ ਕੀ ਕੀਤਾ। ਲੋਕਾਂ ਦਾ ਇਹ ਗੁੱਸਾ ਉਸ ਖਿਲਾਫ਼ ਨਾਅਰੇਬਾਜ਼ੀ ਦੇ ਰੂਪ ਵਿੱਚ ਵੀ ਸਾਹਮਣੇ ਆਇਆ। ਇਸ ਦੇ ਨਾਲ ਹੀ ਕੇਰਲ ਸਰਕਾਰ ਵਾਤਾਵਰਣ ਦੇ ਪੱਖੋਂ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਨਾਲ ਜੁੜੀ ਨੀਤੀ 'ਤੇ ਲੋਕਾਂ ਦੇ ਸੁਝਾਅ ਮੰਗ ਰਹੀ ਹੈ। ਲੋਕ ਪੁੱਛ ਰਹੇ ਨੇ ਕਿ ਇੰਨੇ ਭਿਆਨਕ ਦੁਖਾਂਤ ਤੋਂ ਬਾਅਦ ਜਾਗਣ ਦਾ ਦਿਖਾਵਾ ਕਰਨ ਵਾਲੀ ਸੂਬਾ ਸਰਕਾਰ ਇਸ ਤਬਾਹੀ ਦੀ ਉਡੀਕ ਕਰ ਰਹੀ ਸੀ। ਬਿਊਰੋ ਰਿਪੋਰਟ, ਦੂਰਦਰਸ਼ਨ ਸਮਾਚਾਰ, ਜਲੰਧਰ।